तो देखने के लिए हजारों लोग यहाँ खड़े हैं भाई। आप तो अगर इस तरीके से कुश्ती करेंगे तो कुश्ती बढ़िया होगी। प्लीज आप आराम से कुश्ती करें। वाह जी वाह, लाओ और तो रुपया 10,000 जड़ा दगल कमेटी में धोली वाले लग गया हो। 10,000 को हाड़ी वाला जेतु होएगा। लो कुश्ती जड़ी मैदान दे विच फिर तो शुरू हो गई है। नहीं हो रही है नौजवान दरमियान वेखदे कौन जे चलते फिरते रहे। चलते फिरते रहे, तालियां ला दो फिर दोना मला दे लई। बहुत बढ़िया, वाह वी वाह। ਕਹਿੰਦਾ ਡੇਗ ਡੇਗ ਉੱਠ ਤੇ ਦਲੇਰ ਸੋਹਣਿਆ, ਰਾਜਿਆਂ ਦੇ ਪੱਕੇ ਹੌਸਲੇ ਨਹੀਂ ਛੱਡਦੇ। ਉਹ ਜਿਨ੍ਹਾਂ ਨੇ ਅਤੀਤ ਵਿੱਚ ਹਾਰਾ ਦੇਖੀਆਂ ਉਹੀ ਨੇ ਫਿਊਚਰ ਅੱਜ ਝੰਡੇ ਗੜਦੇ। ਕਹਿੰਦਾ ਮੂੰਹ ਦੇ ਉੱਤੇ ਦਿੰਦੇ ਲੋਕ ਹੱਲਾ ਸ਼ੇਰੀਆਂ, ਉਹ ਪਿੱਠ ਪਿੱਛੇ ਕਾਲੇ ਹੁੰਦੇ ਥੱਲੇ ਲਾਉਣ ਨੂੰ, ਇਹ ਮਿਹਨਤਾਂ ਦੀ ਸੂਈ ਰੱਖ ਲਾਲ ਟੰਗ ਤੇ। ਉਹ ਨੀਲੀ ਛੱਤ ਵਾਲਾ ਬੈਠਾ ਹੈ, ਉਹ ਨੀਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ, ਇਹ ਮਿਹਨਤਾਂ ਦੀ ਸੂਈ ਰੱਖ ਲਾਲ ਟੰਗ ਤੇ। ਉਹ ਨੀਲੀ ਛੱਤ ਵਾਲਾ ਬੈਠਾ ਹੈ ਗੱਲ ਸਿਰੇ ਲਾਉਣ ਨੂੰ। ਵਾਹ ਵੀ ਵਾਹ, ਨਹੀਂ ਹੋਰੀ ਸਾ ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨਾਂ ਨੌਜਵਾਨਾਂ ਦਰਮਿਆਨ। ਸ਼ਾਬਾਸ਼ ਸ਼ਾਬਾਸ਼ ਸ਼ਾਬਾਸ਼, 11,000 ਲਾਓ, 15,000 ਹੋ ਗਿਆ ਬਈ, 21, 15। ਬੋਲੋ ਬਾਬਾ ਕਹਿਲੂ ਜੀ ਮਹਾਰਾਜ ਕੀ ਜੈ। ਅਗਰ ਪ੍ਰਵੀਨ ਕੋਹਾਲੀ ਜੀ ਜੀਤੇ ਹੈ ਤਾਂ ਮਦੋਲੀ ਸਿੰਘ ਮੇਲਾ ਕਮੇਟੀ ਕੀ ਔਰ ਸੇ ਪ੍ਰਵੀਨ ਕੋਹਾਲੀ ਕੋ 15,000 ਰੁਪਇਆ ਅਲੱਗ ਸੇ ਦਿਆ ਜਾਏਗਾ। ਭਾਰਤ 3,300 ਜਿਹੜਾ ਲੱਗ ਦੋ ਲੱਗਿਆ ਹੋਇਆ ਉਹ ਵੀ ਨੋਟ ਕਰੀਏ। ਅਰੇ ਭਈਆ 18,300 ਹੋ ਗਿਆ ਏ। ਵਾਹ ਵੀ ਵਾਹ, ਡਈ ਹੋ ਰੀਸਾਂ ਬਾਹ ਤੇਰੇ ਪੱਲੇ 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 ਪੱਲੇ। ਵਾਹ ਵੀ ਵਾਹ, ਸ਼ਾਬਾਸ਼ ਲਾ। ਚਲਦੀ ਹੋਈ ਕੁਸ਼ਤੀ ਮੈਦਾਨ ਦੇ ਵਿੱਚ ਇਹਨੇ ਨੌਜਵਾਨ ਮੇਰੇ ਭਾਈ, ਬਿਲਕੁਲ ਆਰਾਮ ਸੇ ਦੇਖੇ ਕੁਸ਼ਤੀ। कुश्ती के ऊपर ध्यान दें, बस बस ऐसे ही फेंक लो आंख में ना चले जाए। आराम से आराम से आराम से, कोई बात नहीं, कुश्ती हो रही है मेरे भाई। ज्यादा इनके पास खड़े ना हो जो कुश्ती देख रहे हैं मेरे भाई, एक आधा खड़ा हो जाए। कुश्ती हो रही है, ओ